ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣਾ ਝੋਨਾ 20 ਜੂਨ ਤੋਂ ਲਗਾਉਣ, ਪਰ ਕਿਸਾਨ ਨੂੰ ਲੇਬਰ ਨਾ ਮਿਲਣ ਕਾਰਨ ਕਾਫੀ ਪਰੇਸ਼ਾਨ ਹੋਣਾ ਪੈ ਰਿਹਾ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਨੂੰ ਝੋਨਾ ਲਗਾਉਣ ਲਈ ਲੇਬਰ ਨਹੀਂ ਮਿਲ ਰਹੀ ਹੈ ਅਤੇ ਜੋ ਲੇਬਰ ਮਿਲ ਰਹੀ ਹੈ ਉਹ 2500 ਤੋਂ ਲੈ ਕੇ 3000 ਤੱਕ ਮਹਿੰਗੇ ਭਾਅ ਦੀ ਲੇਬਰ ਨਾਲ ਆਪਣਾ ਝੋਨਾ ਲਗਾਉਣ ਲਈ ਮਜਬੂਰ ਹਨ। ਸਰ, ਇਹਦੇ ਨਾਲ ਮਤਲਬ ਕਿ ਨੁਕਸਾਨ ਹੀ ਹੋਇਆ, ਕੋਈ ਫਾਇਦੇ ਵਾਲੀ ਤਾਂ ਗੱਲ ਹੈ ਨਹੀਂ, ਕਿਉਂਕਿ ਹੁਣ ਝੋਨਾ ਉਸਾ ਜਿਹੀ ਲੱਗ ਰਹੀ ਆ, ਉਹ ਜਿੰਨੀ ਲੇਟ ਲੱਗ ਰਹੀ ਆ ਅੱਗੇ ਠੰਡ ਆਉਂਦੀ ਪੱਕਦੀ ਨਹੀਂ ਹੈਗੀ। ਫਿਰ ਨਵੀਂ ਲੈਂਦੇ ਨੇ 13 ਮੋਚਰ ਲੈਂਦੇ ਨੇ ਜਾਂ 17 ਮੋਚਰ ਕਹਿ ਦਈਏ ਆਪਾਂ, ਉਹ ਆਉਂਦਾ ਨਹੀਂ ਗਾ, ਫਿਰ ਉਦੋਂ ਆੜਤੀ ਵੀ ਕੱਟ ਲਾਉਂਦਾ ਇਹਦੇ ਵਿੱਚ, ਅਤੇ ਆਹ ਸਮੱਸਿਆ ਮਤਲਬ ਕਿ ਆ ਰਹੀ। 20 ਤਰੀਕ ਤੋਂ ਪਹਿਲਾਂ ਜਿਵੇਂ 10 ਜੂਨ ਠੀਕ ਤੀ, ਫਿਰ ਝੋਨੇ ਵਾਲੀ 20 ਤਾਂ ਥੋੜ੍ਹੀ ਲੇਟ ਹੋ ਗਈ, ਹੁਣ ਕਿ ਲੇਬਰ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਆ, ਲੇਬਰ ਮਿਲ ਨਹੀਂ ਰਹੀ। ਅਤੇ ਕਿੰਨਾ ਕੁ ਬੁਰਾ ਹਾਲ ਹੈ ਲੇਬਰ ਸੰਬੰਧੀ? ਜਿੰਨਾ ਕੁ ਤੋਂ ਉਨਾ ਬੁਰਾ ਹਾਲ ਕਹਿ ਸਕਦੇ ਹਾਂ ਜੀ ਆਪਾਂ, ਕਿਉਂਕਿ ਹੁਣ ਲੇਬਰ ਹਰੇਕ ਦਾ ਵਾਹਨ ਤਿਆਰ ਕਰਿਆ ਪਿਆ, ਲੇਬਰ ਦੀ ਇੰਨੀ ਦਿੱਕਤ ਆ ਰਹੀ ਆ ਵੀ ਲੇਬਰ ਮਿਲ ਨਹੀਂ ਰਹੀ। ਜਾਂ ਅੱਜ ਲੇਬਰ ਨੂੰ ਕਹੀਏ ਤਾਂ ਘੱਟੋ ਘੱਟ ਇੱਕ ਹਫ਼ਤੇ ਤੱਕ ਹਾਂ ਕਰਦੀ ਹੈ ਲੇਬਰ। ਤਾਂ ਐਂ ਆ ਜੀ, ਨੁਕਸਾਨ ਤਾਂ ਹੋਏ ਹੈ ਜੀ, ਹੁਣ ਨੁਕਸਾਨ ਐਂ ਹੋਇਆ ਵੀ ਜੇ ਆਪਣੀ ਪਹਿਲਾਂ ਲੱਗ ਜਾਂਦੀ ਹੁਣ ਇਕੱਠਾ ਕੰਮ ਹੋ ਗਿਆ ਜੀ, ਲੇਬਰ ਦਾ ਬਹੁਤ ਮੁਸ਼ਕਲ ਹੋ ਰਿਹਾ ਜੀ। ਲੇਬਰ ਮਿਲ ਨਹੀਂ ਰਹੀ? ਲੇਬਰ ਘੱਟ ਮਿਲਦੀ ਹੈ ਜੀ, ਇਕੱਠਾ ਕੰਮ ਹੋ ਗਿਆ ਜੀ। ਰੇਟ ਵੀ ਵਧੀਆ ਲੇਬਰ ਦਾ? ਹਾਂ, ਰੇਟ ਵੀ ਵਧੀਆ ਲਓ ਜੀ ਲੇਬਰ। ਬਿਹਾਰ ਸੇ? ਬਿਹਾਰ ਸੇ। ਬਿਹਾਰ ਸੇ ਲੇਬਰ ਕਿਉਂ ਨਹੀਂ ਆ ਰਹੀ, ਕਿਆ ਕਾਰਨ? ਲੇਬਰ ਇਸ ਕਰਕੇ ਨਹੀਂ ਆ ਰਹੀ ਹੈ ਜੋ ਬਿਹਾਰ ਮੇ ਕੰਮ ਕਾਜ ਬੜ ਗਿਆ, ਇਸੀ ਕਰਕੇ ਲੇਬਰ ਵਹੀਂ ਪਰ ਰੁਕ ਗਿਆ, ਇਸੀ ਕਰਕੇ ਕਮੀ ਹੋ ਰਹਾ ਹੈ। ਅੱਛਾ, ਕਮੀ ਹੋ ਰਹੀ ਹੈ। ਆਪਕੇ ਸਾਥ ਕਿਤਨੇ ਆਏ ਹੈ ਲੇਬਰ? 18 ਆਦਮੀ ਹੈ। ਕਿਤਨੇ ਪੈਸੇ ਲੇਤੇ ਹੋਏ? 2500। 2500 ਇੱਕ ਕਿੱਲੇ ਕਾ? ਇੱਕ ਕਿੱਲੇ ਕਾ। ਤੋ ਪੈਸੇ ਬੜੀਆ ਮਿਲਤੇ ਹੈ? ਹਾਂ, ਬੜੀਆ ਮਿਲਤਾ ਹੈ। ਅੱਛਾ, ਫਿਰ ਖਾਣੇ ਪਾਣੇ? ਹਾਂ, ਰਾਸ਼ਨ ਵੀ ਦਿੱਤਾ ਹੈ। ਰਾਸ਼ਨ ਵੀ ਦਿੱਤਾ ਹੈ? ਰਾਸ਼ਨ ਵੀ ਦਿੱਤਾ ਹੈ, 2500 ਕਿੱਲੇ। ਹਾਂ। ਅੱਛਾ, ਆਪਕੀ ਕਿਤਨੀ ਕੁ ਡਿਮਾਂਡ ਹੈ ਯਹਾਂ ਪਰ ਪੰਜਾਬ ਮੇਂ? ਪੰਜਾਬ ਮੇਂ ਜੀ ਲਗਾਨੇ ਕਾ? ਹਾਂ, ਡਿਮਾਂਡ ਕਿਤਨੀ ਹੈ? ਬਸ 100 ਕਿੱਲੇ ਲਗਾ ਦੇਂਗੇ। 100 ਕਿੱਲੇ ਲਗਾ? ਹਾਂ। ਆਪਕੋ ਲੋਕ ਢੂੰਡਤੇ ਵੀ ਫਿਰਤੇ ਹੈ? ਹਾਂ 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 ਹਾਂ, ਲੇਬਰ ਕਿੱਲੇ ਢੂੰਡਤਾ ਹੈ, ਢੂੰਡਤੇ ਹੈ। ਨਾਭਾ ਤੋਂ ਬਿਜਖਨਾ ਦੀ ਰਿਪੋਰਟ, ਚੈਨਲ 2।